ਤਿੰਨ ਦਿਨ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਕਿਸਾਨਾਂ ਲਈ ਮੁਸੀਬਤ ਬਣੀ ਹੋਈ ਹੈ। ਨਵੀਂ ਫਸਲ ਝੋਨੇ ਦੀ ਪੂਰੀ ਤਰ੍ਹਾਂ ਖਰਾਬ ਹੋ ਗਈ ਹੈ। ਤੁਸੀਂ ਵੀਡੀਓ ਜ਼ਰੀਏ ਦੇਖ ਸਕਦੇ ਹੋ ਕਿ ਤਰਨ ਤਾਰਨ ਦੇ ਪਿੰਡ ਨੁਦਰੀ ਅਤੇ ਕੋਟ ਵਿਖੇ ਖੇਤਾਂ ਵਿੱਚ ਪਾਣੀ ਹੀ ਪਾਣੀ ਹੋਇਆ ਪਿਆ। ਕਿਸਾਨ ਬਾਲਟੀਆਂ ਰਾਹੀਂ ਖੇਤਾਂ ਵਿੱਚੋਂ ਪਾਣੀ ਕੱਢ ਰਹੇ ਨੇ। ਪੱਕੀ ਹੋਈ ਝੋਨੇ ਦੀ ਫਸਲ ਵਿੱਚ ਪਾਣੀ ਕਿਸਾਨਾਂ ਹੱਥਾਂ ਵਿੱਚ ਫੜ ਕੇ ਦਿਖਾਈ ਦੇ ਰਿਹਾ। ਦੂਜੇ ਪਾਸੇ ਕਿਸਾਨ ਖੇਤਾਂ ਵਿੱਚ ਡੰਗਰਾਂ ਦੇ ਪੱਠੇ ਮੰਜੇ ਨਾਲ ਲੈ ਕੇ ਪਾਣੀ ਵਿੱਚੋਂ ਕੱਢ ਰਿਹਾ। ਤੇ ਬਹੁਤ ਹੀ ਜ਼ਿਆਦਾ ਭਾਰੀ ਬਾਰਿਸ਼ ਹੋਈ ਆ। ਬਾਰਿਸ਼ ਹੋਣ ਦੇ ਕਾਰਨ ਲਾਗੇ ਵੱਡੇ ਵੀਰ ਖੜੋਤੇ ਹਰਜੀਤ ਸਿੰਘ, 35-40 ਕਿੱਲੇ ਇਹਨਾਂ ਦਾ ਝੋਨਾ ਬਰਬਾਦ ਹੋ ਗਿਆ ਅਤੇ ਕੋਈ ਸਾਡੇ ਪਿੰਡ ਦਾ 100-150 ਰਕਬਾ ਜਿਹੜਾ ਵਾ ਵੀ ਉਹਦਾ ਝੋਨੇ ਦਾ ਬਰਬਾਦ ਹੋ ਚੁੱਕਾ ਅਤੇ ਬਹੁਤ ਹੀ ਜ਼ਿਆਦਾ ਪਾਣੀ ਆ। ਨਾ ਪਿੰਡ ਦੇ ਵਿੱਚ ਵੀ ਤੁਹਾਨੂੰ ਚੱਲ ਕੇ ਵਿਖਾਉਂਦੇ ਹਾਂ ਕਿਸੇ ਪਾਸੇ ਵੀ ਜਿਹੜਾ ਵਾ ਕੋਈ ਵਿਕਾਸ ਦਾ ਹੈ ਨੀਗਾ ਅਤੇ ਪਾਣੀ ਇੰਨਾ ਕੁ ਸਾਡੇ ਆ ਵੀ ਜਿਹੜਾ ਕੋਈ ਲੰਘਣ ਦਾ ਕਿਤੇ ਕੋਈ ਰਸਤਾ ਨਹੀਂ ਰਹਿ ਗਿਆ। ਕਿਤੇ ਜਿੱਥੇ ਕੋਈ ਹੈਗਾ ਆਪੋ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਆ, ਬਾਹਰ ਕੋਈ ਨਹੀਂ ਨਿਕਲ ਸਕਦਾ। ਬੱਤੀ ਜਿਹੜੀ ਸਾਡੇ ਪਿੰਡ ਦੀ ਉਹ ਸਵੇਰ ਕੱਲ੍ਹ ਦੀ ਜਿਹੜੀ ਠੱਪ ਹੋਈ ਪਈ ਹੈ। ਇਹ ਲਾਗੇ ਬੰਨੇ ਦੇ ਕਿੰਨੇ ਕੁ ਪਿੰਡਾਂ ਦੀ ਕਿੰਨੀ ਪੈਲੀ ਹੋ ਗਈ? ਪਿੰਡਾਂ ਦੀ ਕੋਈ ਅੰਦਾਜ਼ਾ ਨਹੀਂ। ਜੋ ਨੂਰਪੁਰ ਸ਼ੇਖ ਸਾਰਾ ਪਿੰਡ ਡੁੱਬੇ ਪਏ ਆ, ਇੱਧਰ ਦਾ ਪਤਾ ਨਹੀਂ, ਜੋ ਇੱਧਰ ਡਾਲੇ ਕਾਲੇ ਜੌੜਾ ਸਖੀਰਾ ਸਾਰਾ ਹੀ ਡੁੱਬਾ ਪਿਆ ਸੀ। 10 ਪਿੰਡਾਂ ਦੇ ਵਿੱਚ ਪਾਣੀ ਆ ਤੇ ਵੇਖ ਲਓ ਤੁਸੀਂ, ਵੇਹਦੇ ਜੇ ਇੱਧਰ ਬੰਦੇ ਨੂੰ ਡੋਬੂ ਪਾਣੀ ਹੋਇਆ ਪਿਆ ਸੜਕ ਦੇ ਉੱਤੇ ਜੀ। ਕੋਈ ਅਧਿਕਾਰੀ ਕੋਈ ਸਰਕਾਰ ਨਹੀਂ, ਸਰਕਾਰ ਦੇ ਬੰਦੇ ਨੇ ਜੀ ਪਹੁੰਚੇ ਆ, ਜ਼ਰੂਰ ਪਹੁੰਚੇ ਆ। ਬੀਡੀਓ ਸਾਹਿਬ ਵੀ ਆਏ ਆ ਅਤੇ ਉਹ ਵੀ ਉੱਧਰ ਆਏ ਆ, ਨਾ ਸਾਰਾ ਪਾਣੀ ਦਾ ਜਾਇਜ਼ਾ ਲੈ ਕੇ ਗਏ ਹੋਏ ਆ। ਸਾਡਾ ਇੱਕ ਪੋਲ ਆ ਜਿਹੜਾ ਸਾਡੇ ਕਾਫੀ ਪਿੰਡਾਂ ਨੂੰ ਕ੍ਰੋਸ ਕਰਦਾ ਅਤੇ ਉੱਥੇ ਬੂਟੀ ਅੜ ਗਈ, ਉਹਨਾਂ ਜੇ ਸੀ ਪੀ ਭੇਜੀ ਆ ਅਤੇ ਉਹਦੀ ਸਾਰੀ ਬੂਟੀਆਂ ਸ਼ੇਰ ਦੇ ਨਾਲ ਲਾ ਕੇ ਭੇਜ ਕੱਢੀ ਹੋਈ ਆ ਅਤੇ ਜਿਹੜੇ ਆ ਆਪਣੇ ਅਧਿਕਾਰੀ ਆ ਬਲਾਕ ਸਾਹਿਬ ਦੇ ਸਾਰੇ ਜਿੰਨੇ ਵੀ ਦੂਜੇ ਆ ਮਹਿਕਮੇ ਦੇ ਨਹਿਰੀ ਮਹਿਕਮੇ ਦੇ ਉਹ ਵੀ ਉੱਥੇ ਆਏ, ਬੂਟੀ ਕੱਢ ਕੇ ਨਾਲ ਕਢਾ ਕੇ ਗਏ ਆ ਜੀ। ਜਿਹੜੀ ਫਸਲ ਡੁੱਬ ਗਈ ਆ ਉਹਦੇ ਵਾਸਤੇ ਕੋਈ ਮੁਆਵਜ਼ੇ ਦੀ? ਉਹਦੀ ਵੀ ਅਸੀਂ ਸਰਕਾਰ ਤੋਂ ਜਲਦੀ ਤੋਂ ਜਲਦੀ ਆਉਂਦੇ ਹਾਂ ਵੀ ਇਹਦੇ ਗੁਰਦੌਰੀਆਂ ਕਰਾ ਕੇ ਅਤੇ ਜਿਹੜਾ ਇਹਨਾਂ ਨੂੰ ਵਿਚਾਰਿਆਂ ਨੂੰ ਮੁਆਵਜ਼ਾ ਦਿੱਤਾ ਜਾਵੇ, ਜੋ ਵੀ ਬਣਦੀ ਕਾਰਵਾਈ ਉੱਤੇ ਹੋਣੀ ਚਾਹੀਦੀ ਹੈ। ਤਰਨਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ, ਚੈਨਲ 2।